ਹੁਸ਼ਿਆਰਪੁਰ ਦੇ ਹਾਜ਼ੀਪੁਰ ਇਲਾਕੇ ਵਿੱਚ ਹੋਏ ਕਤਲ ਕੇਸ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਇਸ ਕਤਲ ਕੇਸ ਨੂੰ ਅੰਜਾਮ ਤੱਕ ਲਿਜਾਣ ਵਾਲੀ ਹੋਰ ਕੋਈ ਨਹੀਂ ਮ੍ਰਿਤਕ ਦੀ ਹੀ ਪਤਨੀ ਹੈ। ਸੋਨਾ ਨਾਂ ਦੀ ਇਸ ਮਹਿਲਾ ਨੇ ਪਹਿਲਾਂ ਆਪਣੇ ਭਰਾਵਾਂ ਦੀ ਮਦਦ ਨਾਲ ਆਪਣੇ ਪਤੀ ਨੂੰ ਨਸ਼ੀਲੀਆਂ ਗੋਲੀਆਂ ਦੇ ਕੇ ਬੇਹੋਸ਼ ਕੀਤਾ ਅਤੇ ਫਿਰ ਪਤੀ ਦਾ ਕਤਲ ਕਰ ਦਿੱਤਾ। ਪੁਲਿਸ ਨੇ ਸੰਦੀਪ ਨਾਂ ਦੇ ਵਿਅਕਤੀ ਦੀ ਲਾਸ਼ ਨੂੰ ਕਾਬੂ ਕਰ ਮ੍ਰਿਤਕ ਦੀ ਪਤਨੀ ਨੂੰ ਉਸਦੇ ਭਰਾਵਾਂ ਸਮੇਤ ਗ੍ਰਿਫਤਾਰ ਕਰ ਲਿਆ। ਦੋਸ਼ੀ ਮਹਿਲਾ ਦੀ ਮੰਨੀਏ ਤਾਂ ਉਸਦੇ ਮੁਤਾਬਿਕ ਉਸਦਾ ਪਤੀ ਨਸ਼ੇ ਦੀ ਹਾਲਤ ਵਿੱਚ ਉਸਦੇ ਬੱਚਿਆਂ ਉੱਤੇ ਅਤੇ ਉਸਦੇ ਨਾਲ ਕੁੱਟਮਾਰ ਕਰਦਾ ਸੀ, ਜਿਸ ਤੋਂ ਤੰਗ ਆ ਕੇ ਉਸਨੇ ਇਸ ਕਤਲ ਨੂੰ ਅੰਜਾਮ ਦਿੱਤਾ। ਜਾਂ ਫਿਰ ਇੱਦਾਂ ਕਹਿ ਲਈਏ ਕਿ ਪਤੀ ਤੋਂ ਤੰਗ ਹੋ ਕੇ ਆਪਣੇ ਹੀ ਭਰਾਵਾਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾ ਦਿੱਤਾ। ਬਹੁਤ ਪਰੇਸ਼ਾਨ ਸੀਗੀ, ਮੈਨੂੰ ਰਾਤ ਦਿਨ ਮਾਰਦਾ ਸੀਗਾ, ਮੇਰੇ ਬੱਚਿਆਂ ਨੂੰ ਨੰਗੀ ਕਰ ਕਰਕੇ ਮਾਰਦਾ ਸੀਗਾ। ਅਸੀਂ ਨਾਲੀਆਂ ਦਾ ਕੰਮ ਕਰਨਾ, ਦਾਰੂ ਪੀਣੀ, ਜੂਆ ਖੇਡਣਾ, ਮੇਰੇ ਸਿਰ ਤੇ ਲੋਨ ਵੀ ਚੱਕਿਆ ਉਹਨੇ ਬਹੁਤ, ਉਹ ਵੀ ਕਰਜ਼ਾ ਹੋ ਗਿਆ, ਉਹ ਵੀ ਜੂਏ ਦੇ ਵਿੱਚ ਸਭ ਹਾਰ ਗਿਆ। ਦੱਸੋ ਭਾਜੀ, ਹਾਰ ਕੇ ਮੈਂ ਕੀ ਕਰਦੀ? ਪਰਸੋਂ ਚੌਥ ਰਾਤ ਨੂੰ ਮੈਂ ਤੇ ਮੇਰੇ ਨਿਆਣੇ ਸਾਰੇ ਬੰਦ ਕਰ ਲਏ, ਅਸੀਂ ਜਾ ਕੇ ਨੀ ਅੰਦਰ ਮਾਰਿਆ ਬਹੁਤ ਜ਼ਿਆਦਾ, ਕਿ ਨੰਗੀ ਕਰ ਕਰਕੇ ਸਾਨੂੰ ਕੱਪੜੇ ਲਵਾ ਲੈਂਦਾ ਸੀਗਾ। ਮੈਂ ਭਰਾ ਨੂੰ ਕਿਹਾ ਸੀਗਾ, ਭਰਾ ਜਾਂ ਤਾਂ ਮੈਨੂੰ ਇਹਨੂੰ ਦੇਖ ਲਓ ਜਾਂ ਮੈਨੂੰ ਦੇਖ ਲਓ, ਮੈਂ ਆਪਣੇ ਨਿਆਣਿਆਂ ਨੂੰ ਲੈ ਕੇ ਨਹਿਰ 'ਚ ਛਾਲ ਮਾਰ ਦੇਣੀ ਹੈ। ਮੈਂ ਇੰਨੀ ਗੱਲ ਕਹੀ ਆਪਣੇ ਭਰਾ ਨੂੰ, ਫਿਰ ਮੇਰੇ ਭਰਾ ਨੇ ਮੇਰੀ ਮਦਦ ਕੀਤੀ। ਇਨਫੋਰਮੇਸ਼ਨ ਮਿਲੀ ਸੀ ਕਿ ਸੋਨਾ ਪਤਨੀ ਸਤੀਸ਼ ਕੁਮਾਰ ਵਾਸੀ ਪਰਵਤ ਪਿੰਡ ਪੁਲੀਆ ਰਬਾਣਾ ਦੇ ਜਿਹੜਾ ਘਰ ਵਾਲੇ ਦੀ ਕਤਲ ਹੋ ਗਿਆ, ਜਿਸ ਦੇ ਸੰਬੰਧ ਮੈਂ ਅਤੇ ਸਿੱਖ ਮੌਕੇ ਤੋਂ ਪੁੱਜੇ ਸੀ। ਮੌਕੇ 'ਤੇ ਦੇਖਿਆ ਕਿ ਇਹਨਾਂ ਦੇ ਸਿਰ 'ਤੇ ਸੱਟ ਸੀ ਅਤੇ ਦੋ ਚਾਬੇ ਦੇ ਨਿਸ਼ਾਨ ਸੀ, ਜਿਹਦੇ ਰਿਕਾਰਡਿੰਗ ਅਸੀਂ ਆ ਜੀ ਅਫੇਅਰ ਨੰਬਰ 53 ਡੇਟ 14/18 ਰਿਸੈਪਸ਼ਨ 334 ਦੇ ਸੰਬੰਧ ਅਨਨੋਨ ਬੰਦੇ ਖਿਲਾਫ਼ ਮੁਕੱਦਮਾ ਦਰਜ ਕੀਤਾ।